ਮੈਂ ਚਮਨ ਸਿੰਘ ਜੀ ਦਾ ਇੱਕ ਇੰਟਰਵਿਊ ਦੇਖਦਾ ਪਿਆ ਸੀਗਾ, ਉਹ ਕਹਿੰਦੇ ਸੀਗੇ ਕਿ ਮੈਂ ਪਾਲਟੀ 'ਚ ਆਇਆ ਸੀਗਾ ਕਿ ਆਪਣੇ ਜਿਹੜੇ ਆਪਣੀ ਪੂਰੇ ਦੇ ਪੂਰੇ ਪੰਥ ਦੀ ਇੱਕ ਆਪਾਂ ਸੇਵਾ ਕਰ ਸਕੀਏ, ਕਿ ਜਿਹੜੀ ਸੇਵਾ ਦੇ ਵਿੱਚ ਮੈਂ ਆਇਆ ਸੀਗਾ। ਅਤੇ ਉਹ ਕਹਿੰਦੇ ਨੇ ਕਿ ਹੁਣ ਮੈਂ ਇਹਦੇ 'ਚ ਵੀ ਦੇਖਦਾ ਪਿਆ ਕਿ ਸਾਫ ਸਾਫ ਇਹਦੇ 'ਚ ਨਜ਼ਰ ਆਉਂਦਾ ਪਿਆ ਕਿ ਇਹਦੇ ਵਿੱਚ ਸਵਾਈ ਜਿਵੇਂ ਇੱਕ ਬਿਜ਼ਨਸ ਨਹੀਂ ਹੁੰਦਾ ਕਿ ਇੱਕ ਬਿਜ਼ਨਸ ਵਾਲੀ ਇੱਕ ਪਾਲਟੀ ਬਣ ਗਈ, ਸਿਧਾਂਤਾਂ ਤੋਂ ਇਹ ਦੂਰ ਹੈਗਾ, ਕਿਨਾਰੇ ਕਰਕੇ ਜਿਹੜੀ ਸਿਧਾਂਤਾਂ ਤੋਂ ਇਹਦੇ ਵਿੱਚ ਜਿਹੜਾ ਕੰਮ ਕੀਤਾ ਜਾ ਰਿਹਾ ਹੈਗਾ। ਅਤੇ ਉਹਨਾਂ ਨੇ ਇਹ ਵੀ ਕਿਹਾ ਹੈਗਾ ਕਿ ਜਿਸ ਤਰ੍ਹਾਂ ਹੁਣ ਸ਼ੰਟੀ ਜੀ ਜਿਹੜੇ ਹੈਗੇ ਨੇ ਇਹ ਦੁਬਾਰਾ ਜਿਹੜੀ ਹੈਗੀ ਇਹ ਪਾਰਟੀ ਦੇ ਵਿੱਚ ਅਕਾਲੀ ਦਲ ਪਾਰਟੀ ਦੇ ਵਿੱਚ ਦੁਬਾਰਾ ਆਏ ਨੇ। ਹੁਣ ਦੁਬਾਰਾ ਇਹ ਕਿਉਂ ਆਏ ਨੇ ਕਿ ਜਿਸ ਤਰ੍ਹਾਂ ਕਾਫੀ ਇਹ ਕਹਿੰਦੇ ਨੇ ਕਿ ਅਸੀਂ ਵੀ ਉਹਦੇ ਵਿੱਚ ਇਨਵੈਸਟੀਗੇਸ਼ਨ ਸੀਗੇ ਕਿ ਜਦੋਂ ਸਬਜ਼ੀਆਂ ਦਾ ਜਦੋਂ ਕਪਲਾ ਚੱਲਦਾ ਪਿਆ ਸੀਗਾ ਅਤੇ ਸਬਜ਼ੀਆਂ ਦੇ ਕਪਲੇ ਚੱਲਦੇ ਵਿੱਚ ਇਹ ਹੁਣ ਕੀ ਗੱਲ ਹੋ ਗਈ ਕਿ ਇਹ ਦੁਬਾਰਾ ਜਿਹੜੇ ਪਾਰਟੀ ਦੇ ਵਿੱਚ ਆ ਗਏ ਹੈਗੇ ਨੇ। ਕਿਉਂਕਿ ਉਹ ਇੰਨੀ ਗੱਲ ਮੈਂ ਜਿਸ ਤਰ੍ਹਾਂ ਹੁਣ ਆਪਣਾ ਮਨਜੀਤ ਸਿੰਘ ਜੀ ਕੇ ਵੀ ਸੁਣਦਾ ਪਿਆ ਸੀਗਾ ਕਿ ਮੈਂ 6 ਸਾਲ ਪ੍ਰਧਾਨ ਰਿਹਾ ਹੈਗਾ, ਮੈਂ 5 ਕਰੋੜ ਦੀਆਂ ਸਬਜ਼ੀਆਂ ਅਤੇ 6 ਸਾਲ ਦੇ ਵਿੱਚ ਨਹੀਂ ਖਰੀਦੀਆਂ ਹੈਗੀਆਂ ਅਤੇ ਇਹ 4 ਕਰੋੜ 92-93 ਲੱਖ ਰੁਪਏ ਦੀਆਂ ਸਬਜ਼ੀਆਂ ਜਿਹੜੀ ਹੈਗੀਆਂ 4 ਮਹੀਨੇ 'ਚ ਕਿਵੇਂ ਖਰੀਦੀਆਂ ਗਈਆਂ। ਹੁਣ ਸਵਾਲ ਇਹ ਪੈਦਾ ਹੁੰਦਾ ਕਿ ਪਾਰਟੀ 'ਚੋਂ ਕਿਵੇਂ ਗਏ, ਕਿਸ ਤਰ੍ਹਾਂ ਗਏ। ਇਹ ਤਾਂ ਵੀਰ ਜੀ ਇਹਦੇ ਵਿੱਚ ਹੁਣ ਪੂਰੀ ਦੀ ਪੂਰੀ ਦਿੱਲੀ ਦੀ ਜਿਹੜੀ ਸੰਗਤ ਨਹੀਂ, ਪੂਰੇ ਦੇਸ਼ ਵਿਦੇਸ਼ਾਂ ਦੀ ਸੰਗਤ ਇਹ ਹੁਣ ਜਾਣ ਚੁੱਕੀ ਹੋਏਗੀ ਕਿ ਬਈ ਇਹ ਇੱਕ ਵਾਰੀ ਪਾਰਟੀ 'ਚੋਂ ਜਦੋਂ ਚਲੇ ਗਏ ਸੀਗੇ ਅਤੇ ਦੁਬਾਰਾ ਜਦੋਂ ਪਾਰਟੀ 'ਚ ਆਏ ਨੇ ਅਤੇ ਇਹਦੇ ਪਿੱਛੇ ਰੀਜ਼ਨ ਕੀ ਹੈਗਾ। ਇਹ ਤਾਂ ਬਿਲਕੁਲ ਕਲੀਅਰ ਨਜ਼ਰ ਆਉਂਦਾ ਪਿਆ। ਹੁਣ ਮੈਂ ਕਹਿੰਦਾ ਵਾਂ ਕਿ ਜਿਵੇਂ ਚਮਨ ਸਿੰਘ ਜੀ ਨੇ ਜਿਹੜਾ ਅਗਰ ਰਿਜ਼ਾਈਨ ਦਿੱਤਾ, ਇਹੋ ਜਿਹੀ ਸਾਡੇ ਜਿਹੜੇ ਅਗਰ ਆਉਣ ਵਾਲੇ ਜਿਹੜੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਜਿਹੜੇ ਮੈਂਬਰ ਨੇ ਜਾਂ ਜਿਹੜੇ ਅਕਾਲੀ ਦਲ ਬਾਦਲ ਦੇ ਵਿੱਚ ਜਿਹੜੇ ਹੈਗੇ ਨੇ ਮੈਂਬਰ, ਅਗਰ ਜਿਸ ਤਰ੍ਹਾਂ ਉਹਨਾਂ ਨੂੰ ਪਤਾ ਲੱਗਦਾ ਪਿਆ, ਕਿਉਂਕਿ ਉਹਨਾਂ ਨਾਲ ਮੇਰੀ ਗਲਤੀ ਨਹੀਂ ਹੋਈ ਬਟ ਉਹਨਾਂ ਦੇ ਵਿਊਜ਼ ਤੋਂ ਪਤਾ ਲੱਗਿਆ ਕਿ ਬਈ ਅਗਲੇ ਬੰਦੇ ਵੀ ਸੋਚਦੇ ਨੇ ਕਿ ਜਿਹੜੀ ਹੁਣ ਅਸੀਂ 60-60 ਸਾਲ ਦੀ ਉਮਰ ਦੇ ਹੋ ਗਏ ਹਾਂ, ਹੁਣ ਅਸੀਂ ਵੀ ਜਿਹੜਾ ਹੈਗਾ ਨਾ ਹੁਣ ਜਿਹੜਾ ਹੈਗਾ ਨਾ ਇਹ ਲੋਕਾਂ ਨੂੰ ਸੰਗਤਾਂ ਨੂੰ ਕੀ ਅਸੀਂ ਮੂੰਹ ਦਿਖਾਵਾਂਗੇ, ਕੋਈ ਐਸਾ ਕੰਮ ਕਰ ਜਾਈਏ ਜਿਹੜੇ ਪੂਰੇ ਦੀ ਪੂਰੇ ਸਿੱਖ ਸਮਾਜ ਸੰਗਤ ਦੇ ਵਿੱਚ ਸਭ ਇੱਕ ਪਤਾ ਲੱਗ ਜਾਏ ਕਿ ਅਸੀਂ ਕੁਛ ਜਿਹੜੇ ਸਹੀ ਕਦਮ ਜਿਹੜੇ ਚੁੱਕੇ ਨੇ। ਚਮਨ ਸਿੰਘ ਜੀ ਨੇ ਜੇ ਅਗਰ ਰਿਜ਼ਾਈਨ ਦਿੱਤਾ, ਮੈਂ ਕਹਿੰਦਾ ਮੈਂ ਅਕਾਲੀ ਦਲ ਬਾਦਲ ਪਾਰਟੀ ਦੀ ਜਾਂ ਕਿਸੇ ਪਾਰਟੀ ਦੀ ਗੱਲ ਨਹੀਂ ਕਰਦਾ, ਕੋਈ ਵੀ ਬੰਦਾ ਅਗਰ ਕਿਸੇ ਪਾਰਟੀ 'ਚ ਹੈਗਾ, ਅਗਰ ਉਹ ਪਾਰਟੀ ਅਗਰ ਕੋਈ ਗਲਤ ਕੰਮ ਕਰਦੀ ਵੀ ਹੈਗੀ ਹੈ ਤਾਂ ਉਹਦੇ ਵਿੱਚ ਮੈਂ ਕਹਿੰਦਾ ਵਾਂ ਕਿ ਰੈਜ਼ਿਗਨੇਸ਼ਨ ਦੇਣਾ ਜਿਹੜਾ ਹੈਗਾ ਨਾ ਉਹ ਬੜੀ ਵੱਡੀ ਗੱਲ ਹੈਗੀ ਹੈ। ਕਿਉਂਕਿ ਰਿਜ਼ਾਈਨ ਦੇਣਾ ਜਿਹੜਾ ਹੈਗਾ ਨਾ ਇਹ ਸੌਖਾ ਨਹੀਂ ਹੁੰਦਾ। ਪਾਰਟੀ ਦੇ ਵਿੱਚ ਇੱਕ ਪੋਜੀਸ਼ਨ ਹੈ ਬੰਦੇ ਦੀ, ਪਾਰਟੀ ਦੇ ਵਿੱਚ ਅਗਰ ਬੰਦਾ ਇੱਕ ਆਪਣੇ ਐਸੇ ਮੁੱਦੇ 'ਤੇ ਬੈਠਾ ਹੋਇਆ, ਐਸੇ ਆਪਣੀ ਸੀਟ 'ਤੇ ਬੈਠਾ ਜਿਹਦੇ ਉਹਨਾਂ ਦੀ ਹੋਂਦ ਹੈਗੀ ਹੈ, ਮਗਰ ਉਹਨਾਂ ਨੇ ਸ਼ਾਇਦ ਆਪਣੀ ਸਾਰੀ ਹੋਂਦ ਨੂੰ ਦਰਕਿਨਾਰੇ ਕਰਦੇ ਹੋਏ ਸਿਰਫ ਆਪਣੇ ਸਿੱਖੀਜ਼ਮ ਦੇ ਵਾਸਤੇ ਹੀ ਜਿਹੜਾ ਉਹਨਾਂ ਨੇ ਦਿੱਤਾ ਰਿਜ਼ਾਈਨ। ਮੇਰਾ ਤਾਂ ਇਹ ਕਹਿਣਾ ਬੰਦ ਹੈ। ਹੁਣ ਸਵਾਲ ਇਹ ਪੈਦਾ ਹੁੰਦਾ, ਦੇਖੋ ਇੱਕ ਚੀਜ਼ ਤਾਂ ਬੜੀ ਨਜ਼ਰ ਕਲੀਅਰ ਆਉਂਦੀ ਵੀ ਭਾਈ ਸਾਹਿਬ, ਹੁਣ ਦੇਖੋ ਜੇ ਅਗਰ ਅਕਾਲੀ ਦਲ ਬਾਦਲ ਪਾਰਟੀ ਦੇ ਵਿੱਚੋਂ ਜਿਹੜੇ ਬੜੇ ਬੜੇ ਵੱਡੇ ਜਿਹੜੇ ਲੀਡਰ ਜਿਹੜੇ ਹੈਗੇ ਨੇ ਉਹਨਾਂ ਨੂੰ ਵੀ ਜਿਹੜਾ ਬਾਹਰ ਕੱਢਿਆ ਗਿਆ ਪਾਰਟੀ 'ਚੋਂ, ਜਿਸ ਤਰ੍ਹਾਂ ਹੁਣ ਕਈ ਵਾਰੀ ਅਸੀਂ ਤੁਹਾਡੇ ਚੈਨਲਾਂ ਤੋਂ ਇਹ ਥਰੂ ਹੀ ਸਾਨੂੰ ਪਤਾ ਲੱਗਦਾ ਸੁਖਦੇਵ ਸਿੰਘ ਢੀਂਡਸਾ ਦੀ, ਬ੍ਰਹਮਪੁਰਾ ਦੀ, ਜਿਹੜੇ ਹੋਰ ਬੜੇ ਬੜੇ ਵੱਡੇ ਜਿਹੜੇ ਨੇਤਾ ਹੈਗੇ ਨੇ ਉਹਨਾਂ ਨੂੰ ਅਕਾਲੀ ਦਲ ਬਾਦਲ ਦੇ ਵਿੱਚੋਂ ਕੱਢਿਆ ਗਿਆ। ਇਹ ਬੜਾ ਵੱਡਾ ਜਿਹੜਾ ਨਾ ਦੇਖੋ ਇੱਕ ਬੜਾ ਵੱਡਾ ਇੰਡੀਕੇਸ਼ਨ ਸੀਗਾ ਕਿ ਜਦੋਂ ਇਹ ਪਾਰਟੀ ਵਿੱਚੋਂ ਜਦੋਂ ਇਹਦੇ ਵੱਡੇ ਲੀਡਰ ਕੱਢੇ ਗਏ, ਕਿਉਂਕਿ ਮੈਂ ਸੁਖਦੇਵ ਸਿੰਘ ਢੀਂਡਸਾ ਜੀ ਵੀ ਇੱਕ ਵਾਰੀ ਪ੍ਰੈਸ ਕਾਨਫਰੰਸ ਦੇ ਵਿੱਚ ਸੁਣਦਾ ਪਿਆ ਸੀ, ਉਹ ਕਹਿੰਦੇ ਸੀਗੇ ਜਿਹੜਾ ਬੰਦਾ ਪਾਰਟੀ ਨੂੰ ਸਹੀ ਡਾਇਰੈਕਸ਼ਨ ਦੇਣ ਦੀ ਕੋਸ਼ਿਸ਼ ਕਰਦਾ ਉਹਨੂੰ ਪਾਰਟੀ 'ਚੋਂ ਕੱਢ ਦਿੱਤਾ ਜਾਂਦਾ। ਹੁਣ ਜੇ ਵੱਡੇ ਵੱਡੇ ਅਗਰ ਲੀਡਰ ਜਿਹੜੇ ਹੈਗੇ ਨੇ, ਹੁਣ ਜਿਵੇਂ ਸੁਖਦੇਵ ਸਿੰਘ ਢੀਂਡਸਾ ਜੀ ਜਿਹੜੇ ਅਗਰ ਔਰ ਬ੍ਰਹਮਪੁਰਾ ਜੀ ਜਿਹੜੇ ਅਗਰ ਪਾਰਟੀ ਦੇ ਵਿੱਚ ਨਹੀਂ ਹੈਗੇ, ਹੁਣ ਇਹਦੇ ਵਿੱਚ ਪਾਰਟੀ ਦੇ ਵਿੱਚ ਇਹਨਾਂ ਦੇ ਜਾਣ ਤੋਂ ਬਾਅਦ ਪਾਰਟੀ ਦੇ ਵਿੱਚ ਬੜੀ ਵੱਡੀ ਹਲਚਲ ਹੋ ਰਹੀ ਹੈ, ਨਜ਼ਰ ਵੀ ਆ ਰਹੀ ਹੈ। ਹੁਣ ਜਿਵੇਂ ਪਿੱਛੇ 14 ਤਰੀਕ ਨੂੰ ਜਿਹੜਾ ਪੂਰੇ ਦਾ ਪੂਰਾ ਅਕਾਲੀ ਦਲ ਬਾਦਲ ਵੱਲੋਂ ਅਕਾਲੀ ਦਲ ਟਕਸਾਲੀਆ ਵੱਲੋਂ ਜਿਹੜਾ 99 ਸਾਲ ਦਾ ਜਿਹੜਾ ਮਨਾਇਆ ਗਿਆ ਆਪਣਾ ਦਿਨ ਮਨਾਇਆ ਗਿਆ, ਅਸੀਂ ਦੇਖ ਰਹੇ ਸੀਗੇ ਕਿ ਮੈਕਸੀਮਮ ਜਿਹੜੇ ਆਪਣੇ ਲੀਡਰ ਹੈਗੇ ਨੇ ਅਕਾਲੀ ਦਲ ਜਿਹੜੇ ਹੈਗੇ ਨੇ ਉਹ ਟਕਸਾਲੀ ਵੱਲ ਜਿਹੜੇ ਸਾਰੇ ਉਹਨਾਂ ਦਾ ਝੁਕਾਵ ਸੀਗਾ। ਇਹ ਤਾਂ ਚੀਜ਼ ਤੁਹਾਡੇ ਸਾਹਮਣੇ ਹੀ ਹੈ। ਹੁਣ ਸਵਾਲ ਇਹ ਪੈਦਾ ਹੁੰਦਾ ਇਹਦੇ ਵਿੱਚ ਨਾਰਾਜ਼ਗੀਆਂ, ਤਾਂ ਕਈ ਬੰਦਿਆਂ ਦੀ ਮੈਂ ਨਾਰਾਜ਼ਗੀਆਂ ਦੇਖੀਆਂ ਪਿੱਛੇ ਕੋਈ ਟੀ ਵੀ ਚੈਨਲ ਦੇ ਵਿੱਚ ਜਿਹੜੇ ਅਕਾਲੀ ਦਲ ਦੇ ਬੜੇ ਵੱਡੇ ਸੀਨੀਅਰ ਜਿਹੜੇ ਲੀਡਰ ਹੈਗੇ ਨੇ ਪਰਮਜੀਤ ਸਿੰਘ ਰਾਣਾ, ਪਰਮਜੀਤ ਸਿੰਘ ਰਾਣਾ ਜੀ ਨੇ ਵੀ ਇੱਕ ਆਪਣੇ ਟੀ ਵੀ ਚੈਨਲ 'ਤੇ ਇੱਕ ਬਿਆਨ ਦਿੱਤਾ ਸੀਗਾ, ਉਹਨਾਂ ਨੇ ਵੀ ਆਪਣਾ ਰੋਸ ਜਤਾਉਂਦੇ ਹੋਏ ਗੱਲ ਕਹੀ ਸੀਗੀ ਕਿ ਬਈ ਉਹਨਾਂ ਨੇ ਕਿਹਾ ਕਿ ਜਿਹੜੇ ਅਕਾਲੀ ਜਿਹੜੇ ਲੀਡਰ ਨੇ ਜਿਨ੍ਹਾਂ ਨੇ ਆਪਣੀ ਪਾਰਟੀ ਵਾਸਤੇ ਤਨ ਮਨ ਔਰ ਜਿਹੜੇ ਤਨ ਨਾਲ ਜਿਹੜਾ ਅਗਰ ਕੰਮ ਕੀਤਾ ਉਹਨਾਂ ਨੂੰ ਜਿਹੜੀ ਕਿ ਡੈਲੀਗੇਟ ਬਣਾਏ ਨਹੀਂ ਗਿਆ, ਜਿਹੜਾ ਹੁਣੇ ਪਿੱਛੇ ਤੁਸੀਂ ਦੇਖੋ ਜਦੋਂ ਸੁਖਬੀਰ ਜੀ ਜਦੋਂ ਦੁਬਾਰਾ ਪ੍ਰਧਾਨ ਬਣੇ ਹੈਗੇ ਨੇ, ਤੋ ਇਹ ਚੀਜ਼ਾਂ ਦੇ ਕਈ ਮੈਂ ਦੇਖ ਰਿਹਾ ਕਿ ਇਹ ਰੋਸ਼ ਕਾਫੀ ਬੰਦਿਆਂ ਦੇ ਹੈਗੇ ਨੇ। ਹੁਣ ਜਿਵੇਂ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਕਰ ਦਈਏ, ਔਰ ਇਹਦੇ ਵਿੱਚ ਤੁਸੀਂ ਦੇਖੋ ਕਿ ਬੇਦਬੀ ਅਤੇ ਗੁਰੂ ਗ੍ਰੰਥ ਸਾਹਿਬ ਦੀ ਬੜੀ ਵਾਰੀ ਹੋਈ ਹੈ, ਜਦੋਂ ਵੱਡੇ ਬਾਦਲ ਸਾਹਿਬ ਮੁੱਖ ਮੰਤਰੀ ਰਹੇ ਨੇ 5 ਵਾਰੀ ਅਤੇ ਬੇਦਬੀ ਬੜੀ ਵਾਰੀ ਹੋਈ ਹੈ, ਉਹਦੇ ਵਿੱਚ ਵੀ ਮੁੱਖ ਮੰਤਰੀ ਦੇ ਪਦ 'ਤੇ ਅਗਰ ਬਾਦਲ ਸਾਹਿਬ ਸੀਗੇ ਤਾਂ ਬੜਾ ਕੁਝ ਹੋ ਸਕਦਾ ਸੀਗਾ, ਲੋਕਾਂ ਨੂੰ ਜੇਲ੍ਹਾਂ ਹੋ ਸਕਦੀਆਂ ਸੀ, ਕਿਸੇ ਦੀ ਹਿੰਮਤ ਹੀ ਨਾ ਪੈਂਦੀ। ਔਰ ਮੈਂ ਵੀਰ ਜੀ ਇੱਕ ਗੱਲ ਤੁਹਾਨੂੰ ਦੱਸਦਾ ਸੰਗਤਾਂ ਨੂੰ, ਜਿਹੜਾ ਬਰਗਾੜੀ ਦਾ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਕੀਤੀ ਗਈ ਹੈਗੀ ਨਾ, ਇੰਨੇ
ਕੋਈ ਵੀ ਅਗਰ ਸਾਡੇ ਜਿਹਦੇ ਬਾਗਡੋਰ ਸਾਡੇ ਹੱਥ 'ਚ ਹੈਗੀ, ਉਹ ਅਗਰ ਕੋਈ ਵੀ ਗਲਤ ਫੈਸਲਾ ਲੈਂਦੇ ਨੇ ਪੰਥ ਵਾਸਤੇ, ਗੁਰੂ ਗ੍ਰੰਥ ਵਾਸਤੇ, ਗੁਰੂ ਪੰਥ ਵਾਸਤੇ, ਸਾਡੇ ਪੂਰੇ ਦੇ ਪੂਰੇ ਸਿੱਖ ਜਗਤ ਨੂੰ ਜਿਹੜਾ ਵਿਰੋਧ ਕਰਨਾ ਚਾਹੀਦਾ, ਆਵਾਜ਼ ਚੁੱਕਣੀ ਚਾਹੀਦੀ। ਸਾਡੇ ਦੇਸ਼ ਦੇ ਵਿੱਚ ਜਿਹੜੀ ਸਭ ਤੋਂ ਮਾੜੀ ਗੱਲ ਹੈਗੀ, ਅਸੀਂ ਆਵਾਜ਼ ਹੀ ਨਹੀਂ ਚੁੱਕਦੇ। ਜਦੋਂ ਅਸੀਂ ਆਪਣੀ ਆਵਾਜ਼ ਚੁੱਕਾਂਗੇ, ਵਿਰੋਧ ਕਰਾਂਗੇ, ਮਜਾਲ ਇਹ ਜਿਹੜੇ ਸਾਡੇ ਹੱਥ ਜਿਹੜੇ ਲੀਡਰਾਂ ਦੇ ਹੱਥੇ ਸਾਡੀ ਬਾਗਡੋਰ ਹੈਗੀ ਹੈ, ਉਹ ਗਲਤ ਫੈਸਲੇ ਲੈ ਲੈਣ। ਨਹੀਂ, ਕਈ ਬੰਦੇ ਜਿਹੜੇ ਅਕਾਲੀ ਦਲ ਬਾਦਲ 'ਚੋਂ ਜਾ ਰਹੇ ਨੇ, ਇਹਦੇ ਵਿੱਚ ਹੁਣ ਸਾਨੂੰ ਜਿਵੇਂ ਨਜ਼ਰ ਆ ਰਿਹਾ, ਦੇਖੋ ਕਈ ਚੀਜ਼ਾਂ ਹੋਈਆਂ ਜਿਹੜੇ ਦਿੱਲੀ ਸਿੰਘ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਵੱਲੋਂ ਕਈ ਬੰਦਿਆਂ ਨੇ ਕੋਈ ਗਲਤੀਆਂ ਕੀਤੀਆਂ। ਪਿਛਲੇ ਦਿਨਾਂ 'ਚ ਪਰਮਜੀਤ ਸਿੰਘ ਚੰਦੋਕ ਜੀ ਨੇ ਜਿਹੜੀ ਬੀਅਰ ਲੈਂਦੇ ਪਕੜੇ ਗਏ, ਤੁਹਾਡੇ ਸਾਰੇ ਟੀ ਵੀ ਚੈਨਲਾਂ 'ਤੇ ਖਾਇਆ, ਉਹਦੇ ਵਿੱਚ ਜਦੋਂ ਇੱਕ ਲੜਕਾ ਜਿਹੜਾ ਸੀਗਾ, ਜਿਹੜਾ ਬੰਗਲਾ ਸਾਹਿਬ ਗੁਰਦੁਆਰੇ ਯਸ਼ ਨਾਂ ਦਾ ਲੜਕਾ ਹੈ, ਉਹਨੇ ਇੱਕ ਲੜਕੀ ਦੀ ਮਾਂ ਫੜ ਲਿੱਤੀ ਗੁਰਦੁਆਰੇ ਬੰਗਲਾ ਸਾਹਿਬ ਦੇ 'ਚ। ਇਹ ਹੁਣੇ ਪਿਛਲੇ ਦਿਨਾਂ ਦੀ ਗੱਲ ਹੈਗੀ ਹੈ। ਪਿੱਛੇ ਬੀਬੀ ਰਣਜੀਤ ਕੌਰ ਜਿਹੜੇ ਆਪਣੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਹੈਗੇ ਨੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀ, ਉਹਨਾਂ ਦੇ ਕਹਿਣ 'ਤੇ ਇੱਕ ਹਿੰਦੂ ਬੰਦੇ ਨੂੰ ਕਮਰਾ ਦਿੱਤਾ ਗਿਆ ਦੋ ਵਾਰੀ। ਆਪ ਜੀ ਨੂੰ ਪਤਾ ਹੀ ਹੋਏਗਾ ਕਿ ਗੁਰਦੁਆਰਾ ਰਕਾਬਗੰਜ ਸਾਹਿਬ ਦੀ ਸਰਾਂ ਦੇ ਵਿੱਚ ਕੀ ਹੋਇਆ ਉਸ ਲੜਕੀ ਦੇ ਨਾਲ, ਜਿਹੜਾ ਕਿ ਆਪ ਸਾਰਾ ਟੀ ਵੀ ਚੈਨਲ ਨੇ ਦੱਸਿਆ। ਉਹਨਾਂ ਜਿਹੜੀਆਂ ਚੀਜ਼ਾਂ ਦੀ ਕਾਰਵਾਈ ਵੀ ਅਗਰ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਤਰਫ ਤੋਂ ਨਹੀਂ ਹੋ ਰਹੀ, ਇਹ ਲੋਕਾਂ ਦੇ ਵਿੱਚ ਬੜਾ ਵੱਡਾ ਰੋਸ਼ ਹੈ। ਔਰ ਇਹ ਰੋਸ਼ ਮੈਂ ਕਹਿੰਦਾ ਹੋਣਾ ਵੀ ਚਾਹੀਦਾ। ਅੱਜ ਅਗਰ ਸਾਰੇ ਸਿੱਖ ਜਗਤ ਦੇ ਵਿੱਚ, ਅੱਜ ਦੀ ਤਰੀਕ ਦੇ ਵਿੱਚ ਸਾਡੇ ਜਿਹੜੇ ਵੀ ਲੀਡਰ ਹੈਗੇ ਨੇ, ਉਹਨਾਂ ਨੂੰ ਆਪਣੇ, ਦੇਖੋ ਜਿਹੜੇ ਸਾਡੇ ਲੀਡਰ ਹੈਗੇ ਨਾ, ਉਹ ਮੇਰੇ ਖਿਆਲ ਨਾਲ ਮੈਕਸੀਮਮ ਜਿਹੜੇ ਸਾਡੇ ਲੀਡਰ ਹੈਗੇ ਨੇ, ਸਾਰੇ ਨਹੀਂ, ਆਪਣੇ ਗੁਰੂ ਪੰਥ ਔਰ ਗੁਰੂ ਗ੍ਰੰਥ ਵਾਸਤੇ ਕੰਮ ਨਹੀਂ ਕਰਦੇ ਪਏ, ਉਹ ਸਿਰਫ਼ ਔਰ ਸਿਰਫ਼ ਜਿਹੜੀ ਹੈਗੀ ਸਿਰਫ਼ ਔਰ ਸਿਰਫ਼ ਆਪਣੀਆਂ ਕੁਰਸੀਆਂ ਵਾਸਤੇ ਕੰਮ ਕਰਦੇ ਪਏ। ਮੈਨੂੰ ਯਾਦ ਹੈ ਪਿਛਲੇ 7-8 ਮਹੀਨੇ ਪਹਿਲੇ ਬਾਦਲ ਵੱਡੇ ਬਾਦਲ ਸਾਹਿਬ ਇੱਕ ਸਟੇਜ ਦੇ ਉੱਤੋਂ ਬੋਲਦੇ ਪਏ ਸੀ, ਤੁਹਾਡੇ ਟੀ ਵੀ ਚੈਨਲ ਨੇ ਸਾਰਾ ਉਹਨੂੰ ਕਲੀਅਰ ਕੀਤਾ ਹੈ, ਉਹ ਯਾਰ ਡਰਿਆ ਨਾ ਕਰੋ, ਤੁਸੀਂ ਪਰਚਿਆਂ ਤੋਂ ਡਰ ਜਾਂਦੇ ਹੋ, ਪਰਚਿਆਂ ਤੋਂ ਨਾ ਡਰਿਆ ਕਰੋ, ਉਹ ਯਾਰ ਤੁਸੀਂ ਜਿੰਨੇ ਤੁਹਾਡੇ 'ਤੇ ਜ਼ਿਆਦਾ ਤੋਂ ਜ਼ਿਆਦਾ ਪਰਚੇ ਹੋਣਗੇ ਨਾ, ਉਨਾ ਹੀ ਤੁਹਾਡਾ ਨਾਮ ਹੋਏਗਾ। ਮੈਂ ਕਿਹੜਾ LLB ਕੀਤੀ ਹੈ, ਮੈਂ 5 ਵਾਰੀ ਮੁੱਖ ਮੰਤਰੀ ਬਣਿਆ, ਮੇਰੇ ਵੀ ਤਾਂ ਪਰਚੇ ਹੋਏ ਹੋਏ ਨੇ, ਅਤੇ ਅੱਜ ਦੀ ਤਰੀਕ ਮੈਂ ਮੁੱਖ ਮੰਤਰੀ ਬਣਿਆ ਨਾ। ਇਹਦਾ ਮਤਲਬ ਇਹ ਹੈਗਾ ਕਿ ਜਿਹੜਾ ਬਾਦਲ ਸਾਹਿਬ ਨੇ ਇਹ ਵਾਲਾ ਬਿਆਨ ਦਿੱਤਾ, ਵੱਡੇ ਬਾਦਲ ਸਾਹਿਬ ਨੇ, ਚੰਡੀਗੜ੍ਹ ਸ਼ਾਇਦ ਤੁਹਾਡਾ ਪ੍ਰੋਗਰਾਮ ਕੋਈ ਚੱਲਦਾ ਪਿਆ ਸੀ ਸਟੇਜ ਦੇ ਉੱਤੋਂ, ਸ਼ਾਇਦ ਹੋ ਸਕਦਾ ਜਿੰਨੇ ਵੀ ਬੰਦੇ ਇਸ ਪਾਰਟੀ ਦੇ ਵਿੱਚ ਆ ਰਹੇ ਨੇ, ਸ਼ਾਇਦ ਉਹ ਸੋਚਦੇ ਹੋਣ ਕਿ ਸਾਡੇ 'ਤੇ ਅਗਰ ਕੋਈ ਵੀ ਅਗਰ ਇਲਜ਼ਾਮ ਲੱਗੇ ਨੇ, ਸ਼ਾਇਦ ਇਸ ਪਾਰਟੀ 'ਚ ਆ ਕੇ ਛੁੱਟ ਜਾਣਗੇ। ਮੇਰਾ ਤਾਂ ਇਹੀ ਕਹਿਣਾ, ਮੇਰਾ ਤਾਂ ਇਹੀ ਕਹਿਣਾ ਜੀ। ਹੁਣ ਸਵਾਲ ਇਹ ਪੈਦਾ ਹੁੰਦਾ, ਲੋਕਾਂ ਨੂੰ ਕਦੀ ਵੀ ਡਰਨਾ ਨਹੀਂ ਚਾਹੀਦਾ, ਆਵਾਜ਼ ਚੁੱਕੋ। ਜਦ ਤੁਸੀਂ ਆਵਾਜ਼ ਨਹੀਂ ਚੁੱਕੋਗੇ, ਤੁਹਾਡਾ ਸੀਨੀਅਰ ਜਿਹੜਾ ਬੰਦਾ, ਤੁਹਾਡੇ ਆਗੂ ਜਿਹੜਾ ਬੰਦਾ ਜਿਹਦੇ ਹੱਥ 'ਚ ਬਾਗਡੋਰ ਅਸੀਂ ਦਿੱਤੀ ਹੋਈ ਹੈ, ਉਹਨਾਂ ਨੂੰ ਵੀ ਪਤਾ ਲੱਗੇਗਾ ਕਿ ਸਾਡੀ ਆਵਾਜ਼, ਇਹ ਸੰਗਤ ਦੀ ਆਵਾਜ਼ ਆ ਰਹੀ ਹੈ, ਸੰਗਤਾਂ ਨੇ ਬਣਾਇਆ ਹੈ, ਅੱਜ ਸੰਗਤ ਲਾ ਵੀ ਸਕਦੀ ਇਹਨਾਂ ਨੂੰ। ਅੱਜ ਜਿਵੇਂ ਪਿੱਛੇ ਕਹਿੰਦੇ ਪਏ ਸੀ ਕਿ ਮਨਜੀਤ ਸਿੰਘ ਜੀਕੇ, ਅਗਰ ਮਨਜੀਤ ਸਿੰਘ ਜੀਕੇ ਨੇ ਅਗਰ ਇੰਨਾ ਘਪਲਾ ਕੀਤਾ ਤਾਂ ਮਨਜੀਤ ਸਿੰਘ ਜੀਕੇ ਨੂੰ ਸਜ਼ਾ ਦਿਓ। ਅਗਰ ਜਿਹੜੇ ਸ਼ੰਟੀ ਜੀ ਅਗਰ ਇਹਨਾਂ 'ਤੇ ਆ ਰਹੀ ਹੈ ਕਿ ਜਿਸ ਤਰ੍ਹਾਂ ਇਹਨਾਂ ਨੇ ਸਬਜ਼ੀਆਂ ਦਾ ਘਪਲਾ ਕੀਤਾ, ਸਜ਼ਾ ਹੋਣੀ ਚਾਹੀਦੀ ਹੈ। ਜਿਹੜਾ ਜਸ਼ ਮੁੰਡੇ ਨੇ ਬਾਂਹ ਫੜੀ, ਸਜ਼ਾ ਹੋਣੀ ਚਾਹੀਦੀ ਹੈ। ਜਿਹੜਾ ਬੀਬੀ ਰਣਜੀਤ ਕੌਰ ਜੀ ਦੇ ਕਹਿਣ 'ਤੇ ਕਮਰਾ ਦਿੱਤਾ, ਸਜ਼ਾ ਹੋਣੀ ਚਾਹੀਦੀ ਹੈ। ਜਿਹੜਾ ਪਰਮਜੀਤ ਸਿੰਘ ਚੰਦੋਕ ਜੀ ਨੇ ਜਿਹੜੀ ਬੀਅਰ ਲੈਂਦੇ ਪਕੜੇ ਗਏ, ਕਹਿੰਦੇ ਨੇ ਜੀ ਮੈਂ ਮੌਂਟਿਊ ਲੈ ਰਿਹਾ ਸੀਗਾ, ਸਾਰੇ ਚੈਨਲਾਂ ਨੇ ਹਰ ਪਾਸੋਂ ਜਿਹੜਾ ਉਹ ਜਿਹੜਾ ਬੀਅਰ ਸ਼ਾਪ ਸੀ ਉਹਦੇ ਸਾਰੇ ਕੈਮਰਿਆਂ ਦੀ ਇੱਕ ਫੁਟੇਜ ਲਿੱਤੀ, 50 ਰੁਪਏ ਦੀ ਪਰਚੀ ਕਟਾ ਕੇ ਇੱਕ ਫੁਟੇਜ ਲਿੱਤੀ, ਉਹ ਫੁਟੇਜ ਟੀ ਵੀ ਚੈਨਲਾਂ 'ਤੇ ਚੱਲਦੀ ਪਈ ਹੈ। ਹੁਣ ਸਵਾਲ ਇਹ ਪੈਦਾ ਹੁੰਦਾ, ਕਿਉਂ ਨਹੀਂ ਇਹਨਾਂ ਦੇ ਉੱਤੇ ਆਪਣਾ ਜਿਹੜਾ ਐਕਸ਼ਨ ਕੀਤਾ ਜਾ ਰਿਹਾ? ਇਹ ਸਿੱਖਾਂ ਦਾ ਇੱਕ ਬੜਾ ਵੱਡਾ ਰੋਸ਼ ਹੈਗਾ, ਬੜਾ ਵੱਡਾ ਰੋਸ਼ ਹੈ। ਮੈਨੂੰ ਉਮੀਦ, ਮੈਨੂੰ ਮੇਰੀ ਸੋਚ ਇਹ ਕਹਿੰਦੀ ਹੈ ਕਿ ਅਕਾਲੀ ਦਲ ਬਾਦਲ ਨਾਲ ਕਿਸੇ ਨੂੰ ਰੋਸ਼ ਨਹੀਂ ਹੈਗਾ। ਜਿਹੜਾ ਇੱਕ ਪਰਿਵਾਰਿਕ ਅਗਰ ਜਿਹੜਾ ਇੱਕ ਬਣਿਆ ਨਾ ਜੀ, ਇੱਕ ਆਪਣਾ ਪੂਰੇ ਦਾ ਪੂਰਾ ਪਾਲਟੀ ਬਣ ਗਈ ਹੈ, ਰੋਸ਼ ਸਿਰਫ਼ ਕਿ ਪਰਿਵਾਰਿਕ ਪਾਲਟੀ ਤੋਂ ਰੋਸ਼ ਹੈਗਾ। ਅਕਾਲੀ ਦਲ ਜਿਹੜੀ ਜਿਹੜਾ ਪਾਲਟੀ ਹੈਗੀ ਹੈ, ਇਹਦੇ ਜਥੇਬੰਦੀਆਂ ਦੀ ਪਾਲਟੀ ਹੈਗੀ ਜੀ। ਜਿਵੇਂ ਨਰੈਣੂ ਨੂੰ ਜਿਸ ਤਰ੍ਹਾਂ ਉਹਨਾਂ ਨੇ ਮੋਰਚਾ ਲਗਾ ਕੇ ਇਹਨਾਂ ਨੇ ਕੱਢਿਆ, ਲੜਾਈਆਂ ਕੀਤੀਆਂ, ਸਭ ਕੁਝ ਕੀਤਾ, ਇੰਨੀਆਂ ਸ਼ਹਾਦਤਾਂ ਦਿੱਤੀਆਂ, ਅੱਜ ਉਹੀ ਜਿਹੜਾ 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 ਜਦੋਂ ਅਸੀਂ ਬਣਾਇਆ ਸੀ ਨਾ 1920 ਦੇ ਵਿੱਚ, ਮੈਨੂੰ ਜ਼ਿਆਦਾ ਯਾਦ ਨਹੀਂ ਹੈਗਾ, 1920 ਦੇ ਵਿੱਚ ਸ਼ਾਇਦ ਬਣਿਆ ਸੀਗਾ ਅਕਾਲੀ ਦਲ, ਉਸੇ ਤਰੀਕੇ ਦੇ ਅਕਾਲੀ ਦਲ ਪਾਰਟੀ ਦੇ ਵਿੱਚ ਸਾਡੇ ਨੇਤਾ ਹੋਣੇ ਚਾਹੀਦੇ ਨੇ ਜਿਹੜੇ ਕਿ ਗੁਰੂ ਗ੍ਰੰਥ ਔਰ ਗੁਰੂ ਪੰਥ ਵਾਸਤੇ ਗੱਲ ਕਰਨ, ਸਿਰਫ ਆਪਣੀਆਂ ਸੀਟਾਂ ਵਾਸਤੇ ਗੱਲ ਨਾ ਕਰਨ। ਅੱਜ ਦੀ ਤਰੀਕ ਦੇ ਵਿੱਚ ਸਰਕਾਰਾਂ ਕਿਉਂ ਨਹੀਂ ਫੈਸਲੇ ਲੈਂਦੀਆਂ? ਕਿਉਂਕਿ ਜਦੋਂ ਅਸੀਂ ਪੁਰ ਜ਼ੋਰ ਦੇ ਨਾਲ, ਜ਼ੋਰ ਨਾਲ ਅਗਰ ਕਹਾਂਗੇ ਨਾ ਕਿ ਇਹ ਸਾਡੇ ਗੁਰੂ ਪੰਥ ਵਾਸਤੇ ਫੈਸਲੇ ਚਾਹੀਦੇ ਨੇ, ਤਦ ਸਰਕਾਰਾਂ ਨੂੰ ਵੀ ਨੀਵਾਂ ਆਉਣਾ ਪਏਗਾ। ਜਦੋਂ ਸਰਕਾਰਾਂ ਦੇ ਕੋਲ ਜਾ ਕੇ ਕੋਲੋ ਜੀ ਸਾਨੂੰ ਵੀ ਸਭ ਕੁਝ ਚਾਹੀਦਾ, ਅਤੇ ਸਰਕਾਰਾਂ ਦੇ ਵਿੱਚ ਵੀ ਜਿਹੜੇ ਬੰਦੇ ਬੈਠੇ ਨੇ ਉਹ ਵੀ ਕਹਿਣਗੇ ਯਾਰ ਇਸ ਬੰਦੇ ਨੂੰ ਆਪਣੇ ਵਾਸਤੇ ਹੀ ਚਾਹੀਦਾ, ਇਹਨਾਂ ਬੰਦਿਆਂ ਨੂੰ ਥੋੜ੍ਹਾ ਜਿਹਾ ਕੁਛ ਦੇ ਦਿਓ, ਮਤਲਬ 20-25-40 ਕਰੋੜ ਰੁਪਏ ਦਾ ਸਮਾਨ ਦੇ ਦਿਓ, ਇਹਨਾਂ ਕੋਲੋਂ ਆਪਾਂ ਉਹ ਕਰਾਵਾਂਗੇ ਜੋ ਇਹ ਪੰਥ ਨੂੰ ਢਾਹ ਲਾਉਣ ਵਾਸਤੇ ਅਸੀਂ ਕਰ ਦਿਆਂਗੇ, ਔਰ ਇਹ ਲੋਕ ਬੋਲਣਗੇ ਹੀ। ਉਹੀ ਹੋ ਰਿਹਾ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ। ਅਗਰ ਤੁਸੀਂ ਹਾਊਸ ਵਾਈਫ ਹੋ ਜਾਂ ਆਲਰੇਡੀ ਟੀਚਿੰਗ ਪ੍ਰੋਫੈਸ਼ਨ ਵਿੱਚ ਹੋ ਤਾਂ ਤੁਹਾਡੇ ਲਈ ਸਾਡੇ ਕੋਲ ਇੱਕ ਬਹੁਤ ਹੀ ਵਧੀਆ ਓਪਰਚੁਨਿਟੀ ਹੈ। ਅਬੈਕਸ ਚੈਂਸ ਅਕੈਡਮੀ ਕੋਈ ਵੀ ਰਾਇਲਟੀ ਚਾਰਜ ਨਹੀਂ ਕਰਦਾ ਤੇ ਇੱਕ ਬਹੁਤ ਹੀ ਮਿਨੀਮਮ ਫੀ ਪੇ ਕਰਕੇ ਤੁਸੀਂ ਐਜ਼ ਅ ਫਰੈਂਚਾਈਜ਼ ਸਾਨੂੰ ਜੁਆਇਨ ਕਰ ਸਕਦੇ ਹੋ ਤੇ ਪਰ ਮੰਥ ਅਰਾਊਂਡ 25 to 50,000 ਅਰਨ ਕਰ ਸਕਦੇ ਹੋ। ਅਬੈਕਸ ਚੈਂਸ ਅਕੈਡਮੀ ਪਿਛਲੇ 12 ਸਾਲ ਤੋਂ ਟੀਚਰਸ ਨੂੰ ਅਬੈਕਸ ਦੀ ਟ੍ਰੇਨਿੰਗ ਦੇ ਰਿਹਾ ਹੈ ਤੇ ਸਾਡੇ ਬੱਚੇ ਅਰਾਊਂਡ 112 ਵਰਲਡ ਤੇ ਨੈਸ਼ਨਲ ਰਿਕਾਰਡ ਬਣਾ ਕੇ ਆਪਣਾ ਨਾਮ ਲਿਮਕਾ ਬੁੱਕ ਆਫ ਰਿਕਾਰਡ ਵਿੱਚ ਦਰਜ ਕਰਵਾ ਚੁੱਕੇ ਨੇ। ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ।